ਤੇ ਅਖੀਰ 'ਚ ਵੈੱਬ ਸਵਾਲ ਦੀ ਗੱਲ ਕਰਦੇ ਹਾਂ। ਪਹਿਲਾਂ ਕੱਲ੍ਹ ਪੁੱਛੇ ਗਏ ਸਵਾਲ ਦਾ ਹੁੰਗਾਰਾ ਜਾਣਦੇ ਹਾਂ। ਕੱਲ੍ਹ ਅਸੀਂ ਤੁਹਾਨੂੰ ਪੁੱਛਿਆ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਬਠਿੰਡਾ 'ਚ ਇੱਕ ਵਿਅਕਤੀ ਦੀ ਪਸ਼ੂਆਂ ਦੀ ਲਪੇਟ 'ਚ ਆ ਜਾਣ ਦੇ ਕਾਰਨ ਹੋਈ ਮੌਤ ਤੋਂ ਬਾਅਦ ਸਾਨੂੰ ਆਵਾਰਾ ਪਸ਼ੂਆਂ ਪ੍ਰਤੀ ਸਹਿਣਸ਼ੀਲਤਾ ਦਿਖਾਉਣੀ ਬੰਦ ਕਰ ਦੇਣੀ ਚਾਹੀਦੀ ਹੈ? ਇਸ ਸਵਾਲ ਦਾ ਜਵਾਬ 84% ਦਰਸ਼ਕਾਂ ਨੇ ਹਾਂ ਦੇ ਵਿੱਚ ਦਿੱਤਾ, ਜਦਕਿ 12% ਦਰਸ਼ਕਾਂ ਦਾ ਜਵਾਬ ਨਾਂ ਦੇ ਵਿੱਚ ਹੈ। 4% ਦਰਸ਼ਕਾਂ ਨੇ ਆਪਣੀ ਰਾਏ ਪ੍ਰਗਟ ਨਹੀਂ ਕੀਤੀ। ਅਤੇ ਹੁਣ ਵਾਰੀ ਹੈ ਅੱਜ ਦੇ ਵੈੱਬ ਸਵਾਲ ਦੀ। ਅੱਜ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਔਰਤਾਂ ਬਾਰੇ ਕਮਿਸ਼ਨ ਦੀ ਪ੍ਰਧਾਨ ਵੱਲੋਂ ਘਰੇਲੂ ਹਿੰਸਾ ਦੇ ਲਈ ਔਰਤਾਂ ਨੂੰ ਬੇਸਬਰ ਹੋਣ ਦਾ ਦੋਸ਼ ਦੇਣਾ ਜਾਇਜ਼ ਹੈ? ਤੁਸੀਂ ਆਪਣਾ ਜਵਾਬ ਸਾਨੂੰ ਸਾਡੀ ਵੈੱਬਸਾਈਟ www.anightnews.com ਤੇ ਜਾ ਕੇ ਦੇ ਸਕਦੇ ਹੋ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।